दोस्तों वेलकम टू एम ए टी वी स्टूडियोज। हुण तक तुहानूं पता लग गया होना कि साडे प्रोग्राम का नाम है साथी के संग संग, और यह प्रोग्राम जिहड़ा मल्टीलिंगुअल प्रोग्राम है। कदे साडे कोल गैसट हुंदे ने गुजराती दे, कदे अंग्रेजी दे, कदे पंजाबी बोलण वाले, ते कदे हिंदी बोलण वाले, कदे उर्दू बोलण वाले। अज साडे कोल दो मेहमान हन, डरबी तो आए ने, इह पंजाबी दे कवि ने, ते दूसरे साडे कोल जिहड़े गैसट हैगे ने ਉਹ ਕਲਾਸੀਕਲ ਮਿਊਜ਼ਿਕ ਹੈ ਜਿਹੜਾ ਉਹਦੇ ਐਕਸਪਰਟ ਹੈਗੇ ਨੇ। ਇਹਨਾਂ ਦੋਹਾਂ ਦਾ ਆਪਾਂ ਸਵਾਗਤ ਕਰਦੇ ਹਾਂ। ਔਰ ਉਸ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਜਿਹੜੇ ਸ਼ਾਇਰ ਹੈਗੇ ਨੇ ਉਹ ਹੈਗੇ ਨੇ ਜਸਵਿੰਦਰ ਸਿੰਘ ਮਾਨ। ਔਰ ਜਸਵਿੰਦਰ ਸਿੰਘ ਮਾਨ ਡਰਬੀ 'ਚ ਰਹਿੰਦੇ ਨੇ, ਬਿਜ਼ਨਸਮੈਨ ਨੇ, ਪਿੱਛੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਨੇ। 1985 ਦੇ ਵਿੱਚ ਇਸ ਦੇਸ਼ ਵਿੱਚ ਆਏ ਸਨ, ਉਦੋਂ ਤੋਂ ਇਹ ਬਿਜ਼ਨਸ ਵਿੱਚ ਹੀ ਔਰ ਡਰਬੀ ਵਿੱਚ ਹੀ ਰਹੇ ਨੇ। ਔਰ ਜਿਹੜੀ ਗਜ਼ਲ ਦੀ ਜਿਹੜੀ ਸਿਨਫ ਹੈ, ਇਹਨਾਂ ਨੇ ਇਹਨੂੰ ਬੜੀ ਸ਼ਿੱਦਤ ਦੇ ਨਾਲ ਅਪਣਾਇਆ ਅਤੇ ਬਹੁਤ ਸੋਹਣੀ ਗਜ਼ਲ ਕਹਿੰਦੇ ਨੇ, ਬਹੁਤ ਸੋਹਣਾ ਇਹਨਾਂ ਦਾ ਤਰੰਨਮ ਹੈ। ਅਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਔਰ ਇਹਨਾਂ ਦਾ ਪਹਿਲਾਂ ਸਵਾਗਤ ਆਪਾਂ ਕਰ ਲਈਏ। ਜਸਵਿੰਦਰ ਮਾਨ ਜੀ, ਸਾਡੇ ਸਟੂਡੀਓ 'ਚ ਤੁਹਾਡਾ ਸਵਾਗਤ, ਖੈਰ ਮਖਦਮ। ਬਹੁਤ ਸ਼ੁਕਰੀਆ ਜੀ ਸਾਥੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਇਹ ਆਪਣੀਆਂ ਗੱਲਾਂ ਕਰਨ ਦਾ ਤੁਹਾਡੇ ਨਾਲ। ਅਤੇ ਦੂਸਰੇ ਸਾਡੇ ਮਹਿਮਾਨ ਨੇ ਅਵਤਾਰ ਸਿੰਘ ਡੋਲ। ਔਰ ਅਵਤਾਰ ਸਿੰਘ ਹੁਣੀ ਕਲਾਸੀਕਲ ਮਿਊਜ਼ਿਕ ਦੇ ਵਿੱਚ ਬੜਾ ਇਹਨਾਂ ਨੂੰ ਮਤਲਬ ਗਿਆਨ ਹੈ ਉਸਦਾ, ਇਹ ਕਲਾਸੀਕਲ ਗਾਉਂਦੇ ਵੀ ਨਹੀਂ ਵੀ ਨੇ, ਅਤੇ ਬਹੁਤ ਜਿਹੜੇ ਉਸਤਾਦ ਲੋਕ ਨੇ ਉਹਨਾਂ ਦੀ ਸੰਗਤ ਵੀ ਤੁਸੀਂ ਕਰਦੇ ਰਹੇ ਹੋ। ਅਵਤਾਰ ਜੀ ਸਤਿ ਸ਼੍ਰੀ ਅਕਾਲ, ਔਰ ਸਾਡਾ ਸਤਿ ਸ਼੍ਰੀ ਅਕਾਲ ਜੀ, ਸਵਾਗਤ। ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ। ਪਹਿਲਾਂ ਤੁਹਾਡੇ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਕਿ ਤੁਸੀਂ ਮਤਲਬ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪਿੱਛੋਂ? ਹਾਂਜੀ। ਸਿਰਫ 14 ਸਾਲ ਦੀ ਉਮਰ ਵਿੱਚ ਤੁਸੀਂ ਇਸ ਦੇਸ਼ 'ਚ ਆ ਗਏ ਸੀ? ਹਾਂਜੀ। ਤੁਹਾਡਾ ਜਿਹੜਾ ਵਧੇਰੇ ਸਮਾਂ ਤੁਹਾਡੀ ਉਮਰ ਦਾ ਇਸ ਦੇਸ਼ ਵਿੱਚ ਹੀ ਗੁਜ਼ਰਿਆ? ਹਾਂਜੀ। ਔਰ ਜਿਹੜਾ ਕਲਾਸੀਕਲ ਸੰਗੀਤ ਹੈ ਆਪਣੇ ਆਪ ਦੇ ਵਿੱਚ ਬੜੀ ਵੱਖਰੀ ਚੀਜ਼ ਹੈ, ਇਹ ਬੜੀ ਸਾਧਨਾ ਮੰਗਦਾ। ਹਾਂਜੀ। ਅਤੇ ਮੈਨੂੰ ਇਸ ਗੱਲ ਦਾ ਪਤਾ ਕਿ ਤੁਹਾਡੇ ਉਸਤਾਦ ਮੋਹਨ ਸਿੰਘ ਮੂਸਾਪੁਰੀ ਤੁਹਾਡੇ ਉਸਤਾਦ ਸੀਗੇ, ਪਰ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਧਨਾ ਮਤਲਬ ਰਿਆਜ਼ ਮੰਗਦਾ, ਇਹ ਜਿਹੜਾ ਸੰਗੀਤ ਹੈ ਇਹ ਛੋਟਾ ਮੋਟਾ ਨਹੀਂ ਹੈ, ਅਤੇ ਇਹ ਤੁਹਾਡੀ ਲਗਨ ਕਿੱਦਾਂ ਇਹ ਪੈਦਾ ਹੋ ਗਈ? ਮਤਲਬ 14 ਸਾਲ ਦੀ ਉਮਰ ਤੁਸੀਂ ਇੱਥੇ ਆ ਗਏ, ਅਤੇ ਕਲਾਸੀਕਲ ਵੱਲ ਝੁਕਾਓ ਕਿਵੇਂ ਹੋਇਆ? ਸਾਥੀ ਦਰਅਸਲ ਮੇਰੇ ਵੱਡੇ ਭਰਾ, ਮੇਰੇ ਵੱਡੇ ਭਰਾ ਜਿਹੜੇ ਸੀਗੇ ਨਾ ਜੀ, ਉਹ ਵੀ ਗਾਉਂਦੇ ਸੀਗੇ, ਸਾਡੀ ਫੈਮਿਲੀ ਦੇ ਵਿੱਚ ਗਾਣਾ ਹੈ। ਮੇਰੇ ਨਾਨਾ ਜੀ ਉਹ ਗਾਇਆ ਕਰਦੇ ਸੀਗੇ, ਇਸ ਕਾਰਨ ਮੈਨੂੰ ਵੀ ਸ਼ੌਕ ਸੀ, ਅਤੇ ਇੱਥੇ ਆ ਕੇ ਥੋੜ੍ਹਾ ਥੋੜ੍ਹਾ ਮੈਨੂੰ ਵੈਸੇ ਆਮ ਦੋਸਤਾਂ ਦੇ ਵਿੱਚ ਬੈਠ ਕੇ ਗਾਉਣ ਦਾ ਸ਼ੌਕ ਸੀ। ਅਤੇ ਫਿਰ ਮੈਨੂੰ ਇੱਕ ਮੇਰੇ ਦੋਸਤ ਸੀਗੇ, ਉਹ ਕਹਿੰਦੇ ਕਿ ਤੂੰ ਬੇ ਉਸਤਾਦ ਜੀ ਕੋਲੋਂ ਸਿੱਖ। ਮੈਂ ਕਿਹਾ ਵੀ ਉਸਤਾਦ ਜੀ ਕੌਣ ਮਿਲਣਗੇ? ਅਤੇ ਉਹਨਾਂ ਨੇ ਮੈਨੂੰ ਸਰਦਾਰ ਮੋਹਨ ਸਿੰਘ ਮੂਸਾਪੁਰੀ ਦਾ, ਤੇ ਫਿਰ ਮੈਂ ਉਹਨਾਂ ਦੀ ਸੰਗਤ ਕੀਤੀ, ਉਹਨਾਂ ਦੇ ਨਾਲ ਪ੍ਰੋਪਰ ਉਸਤਾਦੀ ਸ਼ੇਰਦੀ ਕੀਤੀ। ਵੈਰੀ ਗੁੱਡ। ਤੇ ਫਿਰ ਉਹਨਾਂ ਨੇ ਮੈਨੂੰ ਆਪਣੇ ਬੱਚਿਆਂ ਵਾਂਗੂ ਸਿਖਾ ਲਿਆ ਜੀ, ਤੇ ਮੇਰੇ ਕੰਪਟੀ ਵੀ ਕਰਦੇ ਰਹੇ। ਉਹ ਤਾਂ ਉਸਤਾਦ ਦਾ ਕੰਮ ਹੁੰਦਾ ਹੀ ਹੈ। ਹਾਂਜੀ। ਫਿਰ ਗਾਹਿਬ ਗਾਏ ਜਦੋਂ ਹਿੰਦੁਸਤਾਨ ਤੋਂ ਕੋਈ ਗਵੱਈਏ ਆਉਂਦੇ ਸੀਗੇ, ਜੈਸੇ ਕਿ ਉਸਤਾਦ ਗੁਲਾਮ ਮੁਸਤਫਾ ਖਾਨ ਸਾਹਿਬ, ਉਹਨਾਂ ਦੀ ਵੀ ਮੈਂ ਸੰਗਤ ਕੀਤੀ। ਅਤੇ ਇੱਕ ਹੁੰਦੇ ਸੀਗੇ, ਹੁੰਦੇ ਸੀ ਆਪਣੇ ਮੁਨੀਰ ਖਾਨ ਸਾਹਿਬ ਸਰੰਗੀ ਆਏ ਦਿੱਲੀ ਤੋਂ, ਅਤੇ ਖਾਨ ਸਾਹਿਬ ਅੱਲਾ ਰੱਖਾ ਖਾਨ ਸਾਹਿਬ ਦੇ ਨਾਲ ਤਾਂ ਬਹੁਤ ਰਿਸ਼ਤਾ ਸੀਗਾ। ਬਹੁਤ ਇੰਟਰਸਟਿੰਗ ਗੱਲ ਤੁਸੀਂ ਕਹੀ ਆ ਅੱਲਾ ਰੱਖਾ ਖਾਨ ਸਾਹਿਬ ਦੀ, ਕਿਉਂਕਿ ਉਹਨਾਂ ਦੇ ਜਿਹੜੇ ਦਮਾਦ ਹੈ, ਹਾਂਜੀ, ਅਜੂਬ ਔਲੀਆ ਸਾਹਿਬ, ਹਾਂਜੀ, ਮੇਰੇ ਬੜੇ ਪਿਆਰੇ ਮਿੱਤਰ ਨੇ, ਹਾਂਜੀ, ਪਾਕਿਸਤਾਨ ਤੋਂ। ਐਂਡ ਇਹਦੇ ਨਾਲ ਹੀ ਤੁਹਾਨੂੰ ਤਾਂ ਗਿਆਨ ਹੋਣਾ ਇਸ ਗੱਲ ਦਾ, ਪਰ ਅਸੀਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੇ ਗਿਆਨ ਲਈ ਦੱਸ ਦਈਏ ਕਿ ਅੱਲਾ ਰੱਖਾ ਖਾਨ ਸਾਹਿਬ ਨੇ ਪੰਜਾਬੀ ਦੀ ਇੱਕ ਫਿਲਮ ਦਾ ਮਿਊਜ਼ਿਕ ਵੀ ਦਿੱਤਾ ਸੀ, ਹਾਂਜੀ, ਔਰ ਮੇਰੇ ਘਰ ਫਿਲਮ ਦਾ ਨਾਂ ਸੀ ਆਰ ਕੇ ਕੁਰੈਸ਼ੀ ਸਾਹਿਬ ਦੇ ਥੱਲੇ, ਹਾਂਜੀ ਹਾਂਜੀ, ਔਰ ਜਿਹੜਾ ਲਤਾ ਮੰਗੇਸ਼ਕਰ ਨੇ ਗੀਤ ਗਾਇਆ ਰੱਸੀ ਉੱਤੇ ਟੰਗਿਆ ਦੁਪੱਟਾ ਮੇਰਾ ਡੋਲ ਦਾ, ਇਹ ਉਹਨਾਂ ਦੀ ਮਤਲਬ ਡਾਇਰੈਕਸ਼ਨ ਵਿੱਚ ਹੀ ਇਹ ਗੀਤ ਜਿਹੜਾ ਰਿਕਾਰਡ ਹੋਇਆ ਸੀ। ਖਾਨ ਸਾਹਿਬ ਆਪ ਬਹੁਤ ਅੱਛਾ ਗਾਉਂਦੇ ਸੀਗੇ, ਅਲੀ ਬਖਸ਼ ਸਾਹਿਬ ਦੇ ਸ਼ੇਰ,
गाने दे विच खान साहब अली बख्श दे शागिर्द सीगे उह ते मेरे एक मित्र होया करदे सी सरदार तजिंदर सिंह जिहड़े उहनां दे शागिर्द बणे ते उहनां दे नाल रल के मैनूं उहनां दे संगत करन दा सुभाग प्राप्त होया ते टूटिंग बैक उहनां दी लड़की रहिंदी सी ਉਹਨਾਂ ਦੇ ਘਰ ਸੀ ਜਾ ਕੇ ਹਫ਼ਤਾ ਹਫ਼ਤਾ ਰਹਿੰਦੇ ਸੀਗੇ ਖਾਨ ਸਾਹਿਬ ਉਹਨਾਂ ਦੇ ਨਾਲ ਲੜਕਾ ਖਾਨ ਦੀ ਲੜਕੀ ਜਿਹੜੀ ਹੈ ਹਾਂਜੀ 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 ਹਾਂ ਠੀਕ ਹੈ ਐਂਡ ਕੋਈ ਨਾ ਤੁਹਾਡੇ ਨਾਲ ਗੱਲਬਾਤ ਆਪਾਂ ਕਰਦੇ ਹਾਂ ਤੁਹਾਡੇ ਕੋਲੋਂ ਕੋਈ ਸੁਣਦੇ ਵੀ ਹਾਂ ਜਸਵਿੰਦਰ ਤੁਸੀਂ ਬਿਜ਼ਨਸਮੈਨ ਹੋ ਬੇਸਿਕਲੀ ਹਾਂਜੀ ਔਰ ਬਿਜ਼ਨਸਮੈਨ ਜਿਹੜਾ ਆ ਉਹਦੀ ਕੋਈ ਦ੍ਰਿਸ਼ਟੀ ਹੋਰ ਕਿਸਮ ਦੀ ਹੁੰਦੀ ਹੈ ਇਜ਼ ਦੇਅਰ ਟੂ ਮੇਕ ਮਨੀ ਹਾਂਜੀ employ people, give them rozgar, employment, ਬਿਲਕੁਲ ਐਂਡ ਔਰ ਨਫੇ ਨੁਕਸਾਨ ਦਾ ਵੀ ਤੁਹਾਨੂੰ ਸਾਰਾ ਕੁਛ ਕਰਨਾ ਬਿਲਕੁਲ ਬਿਲਕੁਲ ਉਹਦੇ ਟਾਕਰੇ 'ਤੇ ਜਿਹੜੀ ਸ਼ਾਇਰੀ ਹੈ ਇੱਕ ਸੂਖਮ ਜਿਹਾ ਕਿੱਤਾ ਹਾਂ ਇਹ ਇਹ ਸਾਥੀ ਜੀ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਇਹ ਇੱਕ ਤਾਂ ਪਹਿਲੀ ਗੱਲ ਜਿਹੜਾ ਤੁਸੀਂ ਮੈਨੂੰ ਬਿਜ਼ਨਸਮੈਨ ਕਿਹਾ ਇਹ ਇੱਕ ਇਸ ਤਰ੍ਹਾਂ ਕਿ ਇਹ ਜੋ ਕੁਛ ਮੈਂ ਕੀਤਾ ਨਾ ਇਹ ਜਦੋਂ ਮੈਂ ਇੰਡੀਆ ਤੋਂ ਆਇਆ ਸੀ ਅਤੇ ਉਦੋਂ ਇਹ ਲੈਂਗੁਏਜ ਦੀ ਪ੍ਰੋਬਲਮ ਤਾਂ ਹੋਰ ਕਈ ਕੁਛ ਤੁਹਾਡੇ ਆਲੇ ਦੁਆਲੇ ਇਹ ਦਵਾਸਰ ਜਦੋਂ ਤੁਸੀਂ ਆਉਂਦੇ ਆ ਵੀ ਉਦੋਂ ਮੇਰਾ ਆਉਂਦੇ ਦਾ ਵਿਆਹ ਹੋ ਗਿਆ 3 ਕੁ ਮਹੀਨੇ ਅਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਤੋੜਨਾ ਹੁੰਦਾ ਅਤੇ ਇੱਕ ਤਾਂ ਇਹ ਹੁੰਦੀ ਹੈ ਕਿ ਤੁਸੀਂ ਐਜੂਕੇਸ਼ਨ ਵੱਲ ਨੂੰ ਚੱਲ ਜਾਓ ਅਤੇ ਇੱਕ ਜਿਹੜਾ ਕੁਇਕ ਪ੍ਰੋਸੈਸ ਹੁੰਦਾ ਵੀ ਤੁਸੀਂ ਉਹ ਕਿਤੇ ਨਾ ਕਿਤੇ ਕੰਮ ਕਰੋ ਅਤੇ ਪੈਸੇ ਬਣਾਵੋ ਅਤੇ ਉਹ ਜਦੋਂ ਤੁਸੀਂ ਆਉਂਦੇ ਆ ਤਾਂ ਸਾਰੇ ਤੁਹਾਡੇ ਰਿਸ਼ਤੇਦਾਰ ਜਾਂ ਮਾਪੇ ਪਿੱਛੇ ਹੁੰਦੇ ਆ ਉਹ ਵੀ ਜਾਂ ਜਿਹੜੇ ਇੱਥੇ ਹੁੰਦੇ ਉਹ ਵੀ ਕਹਿੰਦੇ ਵੀ ਇਹ ਬੰਦਾ ਕੰਮ ਕਰਨ ਲੱਗ ਪਵੇ ਠੀਕ ਹੈ ਠੀਕ ਹੈ ਅਤੇ ਉਦੋਂ ਮੈਂ ਕੰਮ ਕਰਨ ਲੱਗ ਪਿਆ ਪਹਿਲਾਂ ਉਹ ਇੰਡੀਅਨ ਫੈਕਟਰੀ ਹੁੰਦੀ ਸੀ ਕੱਪੜੇ ਵਾਲੀ ਉੱਥੇ ਕਰਦਾ ਰਿਹਾ ਬਹੁਤ ਵਧੀਆ ਬੰਦੇ ਸੀ ਅਤੇ ਹਾਲੇ ਵੀ ਮੈਂ ਉਹਨਾਂ ਨੂੰ ਮਿਲਦਾ ਬਹੁਤ ਗੁੱਡ ਰਿਲੇਸ਼ਨ ਹੈ ਉਹਨਾਂ ਦੇ ਨਾਲ ਅਤੇ ਉਹਦੇ ਬਾਅਦ ਫਿਰ ਮੈਂ ਗੋਰਿਆਂ ਦੀ ਫੈਕਟਰੀ ਦੇ ਵਿੱਚ ਜਦੋਂ ਕੰਮ ਮਿਲਿਆ ਤਾਂ ਮੈਂ ਆਪਣੇ ਆਪ ਨੂੰ ਐਦਾਂ ਸਮਝਿਆ ਵੀ ਮੇਰੀ ਤਰੱਕੀ ਹੋ ਗਈ ਉਸ ਵਕਤ ਦੇ ਵਿੱਚ ਅਤੇ ਹੌਲੀ ਹੌਲੀ ਜਦੋਂ ਤੁਹਾਨੂੰ ਫਿਰ ਉਹਨਾਂ ਦੇ ਢੰਗ ਤਰੀਕਿਆਂ ਦਾ ਪਤਾ ਲੱਗਦਾ ਆ ਹੈ ਨਾ ਉਹ ਉਹਨਾਂ ਵਕਤਾਂ ਦੀ ਗੱਲ ਆ ਮੈਂ 85 ਦੇ ਵਿੱਚ ਆਇਆ ਸੀ ਹੈ ਨਾ ਅਤੇ ਉਹ ਪੜ੍ਹਦਾ ਆਇਆ ਸੀ ਅਤੇ ਉਹ ਤੁਹਾਡਾ ਇੱਕ ਉਹ ਕਵੀ ਹੋਣ ਅਤੇ ਮੈਂ ਕਵੀ ਤੋਂ ਪਹਿਲਾਂ ਵੀ ਪੇਂਟਿੰਗ ਕਰਦਾ ਸੀ ਤਾਂ ਉਹ ਮਨ ਸੂਖਮ ਹੋਣ ਅਤੇ ਉਹ ਜਿਹੜੀਆਂ ਇਹ ਤੁਹਾਡੇ ਮਨ ਦੇ ਵਿੱਚ ਠੋਕਰਾਂ ਲੱਗਦੀਆਂ ਉਹ ਹੌਲੀ ਹੌਲੀ ਲੱਗਦੀਆਂ ਰਹੀਆਂ ਅਤੇ ਹੌਲੀ ਹੌਲੀ ਫਿਰ ਜਦੋਂ ਉਹ ਵਕਤ ਲੰਘਦਾ ਰਿਹਾ ਅਤੇ ਉਹ ਫੈਕਟਰੀ ਦੇ ਵਿੱਚ ਤੁਸੀਂ ਵੀ ਤੁਹਾਡੇ ਵੀ ਐਕਸਪੀਰੀਅੰਸ ਨੇ ਉਸ ਤਰ੍ਹਾਂ ਦੇ ਬਾਕੀ ਸਾਰੀ ਦੁਨੀਆ ਦੇ ਐਕਸਪੀਰੀਅੰਸ ਹਨ ਹੈ ਨਾ ਉਹ ਜਦੋਂ ਕੋਈ ਐਵੇਂ ਟੁੱਟਿਆ ਕੋਈ ਉੱਦਾਂ ਦੀ ਚੀਜ਼ ਹੁੰਦੀ ਆ ਉਹਨਾਂ ਨੂੰ ਗਾਹ ਕਰੀ ਜਾਂਦੇ ਆ ਗਾਹ ਕਰੀ ਜਾਂਦੇ ਤੁਸੀਂ ਪਿੱਛੇ ਰਹੀ ਜਾਂਦੇ ਆ ਜਿਹੜੇ ਟੁੱਟਣ ਜਿਹੜੀ ਇੱਥੋਂ ਦੀ ਰੇਸ ਦੇ ਤੌਰ ਦੇ ਉੱਤੇ ਕਲਰ ਦੇ ਤੌਰ ਦੇ ਉੱਤੇ ਜਿਹੜੇ ਤੁਹਾਡੇ ਨਾਲ ਵਿਤਕਰਾ ਹੁੰਦਾ ਸੀ ਉਹਨੇ ਤੁਹਾਨੂੰ ਝੰਜੋੜਿਆ ਅਤੇ ਫਿਰ ਤੁਸੀਂ ਕਵਿਤਾ ਬਣਾ ਹਾਂ ਵਿਤਕਰਾ ਮੈਂ ਉਸ ਲੈਵਲ 'ਤੇ ਮਹਿਸੂਸ ਨਹੀਂ ਕੀਤਾ ਕਿ ਰੇਸ ਸਮਥਿੰਗ ਪਰ ਉੱਥੇ ਉਹ ਮੈਨੂੰ ਚੁੱਭਦੀ ਰਹੀ ਅਤੇ ਫਿਰ ਮੈਂ ਜਦੋਂ ਇਸ ਪਾਸੇ ਨੂੰ ਗਿਆ ਅਤੇ ਬਿਜ਼ਨਸ ਆਪਣਾ ਮੈਂ ਦੁਕਾਨ ਦਾ ਕੀਤਾ ਹੈ ਨਾ ਉਹ ਹਾਲੇ ਵੀ ਉਹੀ ਕਰ ਰਿਹਾ ਉਹ ਮੇਰਾ ਮੇਨ ਮਕਸਦ ਇਹ ਸੀ ਕਿ ਮੈਨੂੰ ਕਹਿਣ ਵਾਲਾ ਨਾ ਕੋਈ ਹੋਵੇ ਹੈ ਨਾ ਮੈਂ ਆਪਣਾ ਬੀ ਯੋਰ ਓਨ ਬੌਸ ਉਹ ਤਾਂ ਤੁਹਾਡੀ ਬਿਜ਼ਨਸ ਦੀ ਪ੍ਰੇਰਣਾ ਹੋਈ ਕਿ ਤੁਸੀਂ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਸੀ ਦਾ ਕੁਐਸਚਨ ਮੈਂ ਜਿਹੜਾ ਤੁਹਾਨੂੰ ਪੁੱਛ ਰਿਹਾ ਸੀ ਉਹ ਇਹ ਸੀਗਾ ਕਿ ਬਿਜ਼ਨਸ ਦੇ ਨਾਲ ਨਾਲ ਇਹ ਜਿਹੜੀ ਸੂਖਮ ਭਾਵੀ ਰੁਚੀ ਹੈ ਤੁਹਾਡੀ ਕਿ ਗਜ਼ਲ ਲਿਖਣੀ ਗੀਤ ਲਿਖਣੇ ਕਵਿਤਾ ਲਿਖਣੀ ਇਹ ਕਿਵੇਂ ਨਾਲ ਨਾਲ ਚੱਲਦੇ ਰਹੇ ਮਤਲਬ ਇਹ ਨਾਲ ਨਾਲ ਇਸ ਤਰ੍ਹਾਂ ਚੱਲਦਾ ਰਿਹਾ ਇੱਕ ਇਹ ਨਾ ਮੈਨੂੰ ਜਿਹੜੀ ਇਹ ਗੱਲਾਂ ਇਹ ਚੱਲਦੀਆਂ ਇਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਰਿਹਾ ਮੈਂ ਸੁਣਦਾ ਰਿਹਾ ਵੀ ਗੁਰਦੁਆਰਿਆਂ ਦੇ ਵਿੱਚ ਬੰਦੇ ਕਹਿੰਦੇ ਆ ਵੀ ਅਸੀਂ ਗੁਰਦੁਆਰਿਆਂ ਦੇ ਵਿੱਚ ਉਹ ਕਰਦੇ ਰਹੇ ਲਿਖਦੇ ਰਹੇ ਮੇਰਾ ਪ੍ਰੋਸੈਸ ਬਹੁਤ ਹੌਲੀ ਹੌਲੀ ਚੱਲਿਆ ਉਸੇ ਪ੍ਰੋਸੈਸ ਦੇ ਵਿੱਚ ਮੈਂ ਜਿਹੜਾ ਤੁਸੀਂ ਕੰਮ ਦੀ ਗੱਲ ਕਰਦੇ ਹੋ ਨਾ ਮੈਂ ਕੰਮ ਦੇ ਨਾਲ ਨਾਲ ਮੇਰਾ ਜਿਹੜਾ ਇਹ ਮਨ ਉਹ ਮੇਰੇ ਨਾਲ ਤੁਰਦਾ ਰਿਹਾ ਹੌਲੀ ਹੌਲੀ ਤੁਰਦਾ ਰਿਹਾ ਅਤੇ ਹੌਲੀ ਹੌਲੀ ਤੁਰਦੇ ਦੇ ਮਨ ਨੇ ਮੇਰੇ ਨੇ ਉਹ ਆਪਣੇ ਆਪ ਨੂੰ ਸਾਂਭਿਆ ਬਹੁਤ ਸੋਹਣੀ ਤਰ੍ਹਾਂ ਸਾਂਭਿਆ
ਤੇ ਉਹਦੇ ਕਾਰਨ ਹੋਰ ਵੀ ਨੇ ਸਾਹਮਣੇ ਮੈਨੂੰ ਬੰਦੇ ਬਹੁਤ ਵਧੀਆ ਮਿਲੇ ਹੈ ਨਾ ਮੈਂ ਡਰਬੀ ਦੇ ਵਿੱਚ ਆਇਆ ਉੱਥੇ ਹਰਬਖਸ਼ ਮਕਸੂਦਪੁਰੀ ਜਿਨ੍ਹਾਂ ਨੂੰ ਤੁਸੀਂ ਵੀ ਜਾਣਦੇ ਹੋ ਹੈ ਨਾ ਇਹ ਉਹਨਾਂ ਦੇ ਨਾਲ ਮੈਂ ਵਿਚਰਿਆ ਉਹ ਮੇਰੇ ਇੱਕ ਤਰ੍ਹਾਂ ਦੇ ਬਾਪ ਵੀ ਨੇ ਦੋਸਤ ਵੀ ਨੇ ਬਹੁਤ ਵਧੀਆ ਰਿਲੇਸ਼ਨ ਉਹਨਾਂ ਉਹਨਾਂ ਚੀਜ਼ਾਂ ਨੇ ਮੈਨੂੰ ਸਾਂਭ ਕੇ ਰੱਖਿਆ ਤੇ ਮੈਂ ਇਸ ਕਵਿਤਾ ਨੂੰ ਆਪਣੀ ਆਪਣੀ ਜ਼ਿੰਦਗੀ ਦਾ ਇੱਕ ਇੱਕ ਹਿੱਸਾ ਬਣਾ ਕੇ ਤੁਰਦਾ ਰਿਹਾ ਇੱਕ ਤੁਸੀਂ ਬੜੀ ਪਿਆਰੀ ਗੱਲ ਕਹੀ ਹੈ ਕਿ ਜਿਹੜੀ ਸੰਗਤ ਹੈ ਅਗਰ ਚੰਗੇ ਲੋਕਾਂ ਦੀ ਸੰਗਤ ਹੋਵੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਬਿਲਕੁਲ ਕਿ ਵੀ ਭਾਈ ਤੁਸੀਂ ਚੰਗਿਆਂ ਲੋਕਾਂ ਨਾਲ ਬੈਠੋ ਤੁਸੀਂ ਚੰਗੇ ਹੋ ਜਾਓਗੇ ਇਹ ਪਰਸੈਪਸ਼ਨ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਵੱਡੀ ਚੀਜ਼ ਹੈ ਹਾਂ ਬਿਲਕੁਲ ਬਾਨਣ ਸ਼ਾਹ ਨੇ ਵੀ ਇੱਕ ਵਾਰੀ ਕਿਹਾ ਸੀ ਕਿ ਬਾਨਣ ਸ਼ਾਹ ਕਹਿੰਦਾ ਉਹਨੂੰ ਕਿਹਾ ਕਿ ਤੂੰ ਵੀ ਤੈਨੂੰ ਪੜ੍ਹਦਾ ਤੱਕ ਤੇ ਅਸੀਂ ਦੇਖਿਆ ਨੀ ਵੀ ਕਿਹੜੇ ਵੇਲੇ ਤੂੰ ਇੰਨੀਆਂ ਸਿਆਣੀਆਂ ਗੱਲਾਂ ਸਿੱਖ ਲੈਂਦਾ ਕਹਿੰਦਾ ਅਸੀਂ ਮੈਂ ਆਪਣੇ ਨਾਲੋਂ ਸਿਆਣੇ ਜਿਹੜੇ ਬੰਦੇ ਹੁੰਦੇ ਉਹਨਾਂ ਦੀ ਸੰਗਤ ਕਰਦਾ ਮੈਂ ਉਹਨਾਂ ਤੋਂ ਫੇਰ ਅਸੀਂ ਸਤਿ ਜੀ ਇਹ ਤੁਸੀਂ ਗੱਲ ਮੇਰੇ ਮਨ ਦੀ ਫੜੀ ਆ ਇਹ ਅਕਸਰ ਮੈਂ ਦੋ ਤਿੰਨ ਚੀਜ਼ਾਂ ਨੂੰ ਸਮਝਦਾ ਜਿਹਨਾਂ ਚੀਜ਼ਾਂ ਤੋਂ ਤੁਸੀਂ ਆਪਣੇ ਆਪ ਨੂੰ ਤੋਰਨਾ ਹੁੰਦਾ ਗਾ ਉਹਦੇ ਵਿੱਚ ਜਿਹੜਾ ਜਿਹੜਾ ਮੇਰਾ ਤੁਰਨਾ ਆ ਉਹ ਇੱਕ ਤਾਂ ਤੁਸੀਂ ਜਿਹੜੀ ਜ਼ਿੰਦਗੀ ਤੁਸੀਂ ਜੀਵੇ ਆ ਤੁਹਾਡੀ ਇਹ ਅੱਖ ਉਹ ਕਿਤੇ ਨਾ ਕਿਤੇ ਖੁੱਲ੍ਹ ਜਾਣੀ ਚਾਹੀਦੀ ਆ ਹੈ ਨਾ ਉਹ ਅੱਖ ਖੋਲ੍ਹਣ ਦੇ ਲਈ ਉਹ ਇਹ ਦੋ ਚੀਜ਼ਾਂ ਨੇ ਇੱਕ ਤਾਂ ਕਿਤਾਬਾਂ ਨੇ ਹੈ ਨਾ ਤੁਸੀਂ ਕਿਤਾਬਾਂ ਤੋਂ ਸਿੱਖਣਾ ਹੁੰਦਾ ਜਿਹਨਾਂ ਸਿਆਣਿਆਂ ਨੇ ਕਿਤਾਬਾਂ ਲਿਖੀਆਂ ਆ ਉਹਨਾਂ ਦੇ ਵਿੱਚੋਂ ਤੁਸੀਂ ਪੜ੍ਹਨਾ ਹੁੰਦਾ ਅਤੇ ਜਿਹੜੀ ਸੰਗਤ ਆ ਉਹ ਬਹੁਤ ਜ਼ਰੂਰੀ ਆ ਵਧੀਆ ਬੰਦਿਆਂ ਦੇ ਨਾਲ ਵਿਚਰਨਾ ਆਪਣੇ ਨਾਲੋਂ ਸਿਆਣੇ ਬੰਦੇ ਉਹ ਆਪਣਿਆਂ ਦੇ ਨਾਲ ਸਿਆਣੇ ਬੰਦੇ ਦੇ ਨਾਲ ਵਿਚਰਨਾ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਕਿਤਾਬਾਂ ਦੀ ਗੱਲ ਕਰਦੇ ਆ ਕਿਉਂਕਿ ਜਦੋਂ ਤੁਸੀਂ ਤਾਂ ਕਿਉਂਕਿ ਬਹੁਤ ਤੁਸੀਂ 1985 ਚ ਆਏ ਸੀ ਕਾਫੀ ਦੇਰ ਦੇ ਆਏ ਹੋ ਬਿਲਕੁਲ ਔਰ ਅਸੀਂ ਤੁਸੀਂ ਵੀ ਉੱਥੋਂ ਗ੍ਰੈਜੂਏਸ਼ਨ ਕਰਕੇ ਆਏ ਹੋ ਸਾਡੇ ਅਸੀਂ ਜਦੋਂ ਬੀ ਏ ਕਰਦੇ ਸੀ ਜਾਂ ਜੋ ਪੜ੍ਹਦੇ ਸੀਗੇ ਉੱਥੇ ਸਾਡੇ ਮਨਚਿੰਨ ਦੇ ਸ਼ਾਇਰ ਹੁੰਦੇ ਸੀ ਸ਼ੈਲੇ ਕੀਟਸ ਹਾਂਜੀ ਵਰਡਸਵਰਥ ਤੇ ਸ਼ੇਕਸਪੀਅਰ ਇਹ ਸਭ ਲੋਕ ਹੁੰਦੇ ਸੀ ਹਾਰਡਲੀ ਸੀ ਤੇ ਅਸੀਂ ਮਹਿਸੂਸ ਕੀਤਾ ਕਿ ਅਸੀਂ ਇਹਨਾਂ ਦੇ ਨੇੜੇ ਤੇੜੇ ਤਾਂ ਲਿਖ ਸਕੀਏ ਬਿਲਕੁਲ ਕਿਉਂਕਿ ਇੱਦਾਂ ਹੀ ਹੁੰਦਾ ਤੁਸੀਂ ਇਸ਼ਟ ਬਣਾਉਂਦੇ ਬਿਲਕੁਲ ਲੈਟਸ ਟਾਕ ਅਬਾਊਟ ਪੰਜਾਬੀ ਕਿਉਂਕਿ ਅਸੀਂ ਅੰਗਰੇਜ਼ੀ ਬਾਰੇ ਤਾਂ ਅਸੀਂ ਕਹਿਤਾ ਵੀ ਉਹ ਹੈਗੇ ਅੱਛੇ ਤੁਸੀਂ ਪੰਜਾਬੀ ਦੇ ਵਿੱਚ ਕਿਹਨੂੰ ਵਧੀਆ ਸ਼ਾਇਰ ਮੰਨਦੇ ਹੋ ਕਿਉਂਕਿ ਤੁਸੀਂ ਨਸਰ ਤਾਂ ਲਿਖਦੇ ਨਹੀਂ ਵਾਰਤਕ ਨਹੀਂ ਲਿਖਦੇ ਪਰ ਤੁਸੀਂ ਸਿਰਫ ਕਵਿਤਾ ਲਿਖਦੇ ਹੋ ਨਸਰ ਮੈਂ ਪੜ੍ਹਦਾ ਬਹੁਤ ਹਾਂ ਮੈਂ ਕਹਾਣੀ ਪਰ ਤੁਸੀਂ ਕਵਿਤਾ ਲਿਖਦੇ ਹੋ ਬਿਲਕੁਲ ਪ੍ਰੋਜ਼ ਲਿਖਦੇ ਹੋ ਤੁਸੀਂ ਤੇ ਮਤਲਬ ਕਵਿਤਾ ਲਿਖਦੇ ਹੋ ਤੁਸੀਂ ਤੇ ਕਵਿਤਾ ਦੇ ਵਿੱਚ ਤੁਸੀਂ ਕਿਹਨੂੰ ਸਮਝਦੇ ਹੋ ਕਿ ਪੰਜਾਬੀ ਦੇ ਵਿੱਚ ਬਹੁਤ ਵਧੀਆ ਤੁਹਾਡੇ ਵਾਸਤੇ ਪ੍ਰੇਰਨਾ ਸਰੋਤ ਸ਼੍ਰੋਮਣੀ ਸ਼ਾਇਰ ਹੈ ਸ਼੍ਰੋਮਣੀ ਸ਼ਾਇਰ ਜੇ ਨਾ ਉਹ ਤੁਸੀਂ ਹੁਣ ਦੇ ਵਕਤ ਦੀ ਗੱਲ ਕਰ ਰਹੇ ਹੋ ਮੈਨੂੰ ਲੱਗਦਾ ਹਾਂ ਪ੍ਰਾਣੀ ਦੇ ਵਿੱਚ ਤੇ ਉਹ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ ਨਾ ਆਪਣਾ ਵਾਰਿਸ ਸ਼ਾਹ ਬੁੱਲੇ ਸ਼ਾਹ ਬਾਬਾ ਬੁੱਲੇ ਸ਼ਾਹ ਹੈ ਨਾ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਹੈ ਨਾ ਹਾਸ਼ਮ ਤੇ ਬਾਕੀ ਪੀਲੂ ਹੈ ਨਾ ਤੇ ਉਹ ਸਾਰੇ ਤੁਸੀਂ ਸਾਰਿਆਂ ਨੇ ਪੜ੍ਹੇ ਆ ਅਸੀਂ ਹੈ ਨਾ ਉਹ ਚੱਲਦੀ ਆ ਤੇ ਉਹਨਾਂ ਦੇ ਬਾਅਦ ਦੇ ਵਿੱਚ ਜਦੋਂ ਮੇਰਾ ਉਹ ਪੂੰਗਣ ਦਾ ਟਾਈਮ ਸੀ ਹੈ ਨਾ ਜਦੋਂ ਮੇਰਾ ਗਰੋਅਪ ਹੋਣ ਦਾ ਟਾਈਮ ਸੀ ਉਹਨਾਂ ਵਕਤਾਂ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਪ੍ਰੋਫੈਸਰ ਮੋਹਨ ਸਿੰਘ ਅਤੇ ਜਾਂ ਸ਼ਿਵ ਕੁਮਾਰ ਦੀਆਂ ਵੀ ਕਵਿਤਾਵਾਂ ਹੁੰਦੀਆਂ ਸਨ ਹੈ ਨਾ ਪਰ ਮੈਨੂੰ ਪ੍ਰੋਫੈਸਰ ਪੂਰਨ ਸਿੰਘ ਹੈ ਨਾ ਬਹੁਤ ਵਧੀਆ ਕਵਿਤਾ ਲਿਖੀ ਪਰ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਦੀ ਕਵਿਤਾ ਮੈਨੂੰ ਬੜੀ ਵਧੀਆ ਲੱਗਦੀ ਰਹੀ ਹੈ ਨਾ ਉਹ ਲੋਕ ਗੀਤਾਂ ਦੇ ਨਾਲ ਨਾਲ ਤੁਰਦੀ ਕਵਿਤਾ ਅਤੇ ਇਹ ਕਈ ਕਵਿਤਾਵਾਂ ਉਹਨਾਂ ਦੇ ਉਹ ਅੰਦਰ ਦੀਆਂ ਵੀ ਨਾਲ ਅੰਦਰ ਵੀ ਤੁਰਦਾ ਰਿਹਾ ਅਤੇ ਮੈਂ ਪ੍ਰੋਫੈਸਰ ਮੋਹਨ ਸਿੰਘ ਨੂੰ ਬਹੁਤ ਵਧੀਆ ਇਸ਼ਾਰ ਸਮਝਦਾ ਜਦੋਂ ਅਸੀਂ ਗਿਆਨੀ ਕਰਦੇ ਸੀ ਇੱਕ ਸਵਾਲ ਸਾਨੂੰ ਆਉਂਦਾ ਹੁੰਦਾ ਸੀ ਨਹੀਂ ਗਿਆਨੀ ਤੋਂ ਬਾਅਦ ਦੀ ਗੱਲ ਹੈ ਵੈਸੇ ਉਹ ਆਮ ਸੋਰੀ ਉਸ ਵੇਲੇ ਹੋਰ ਮੈਂ ਗੱਲ ਕਰਨ ਲੱਗਾ ਸੀ ਉਹ ਪ੍ਰੋਫੈਸਰ ਮੋਹਨ ਸਿੰਘ ਔਰ ਉਸ ਵੇਲੇ ਭਾਈ ਵੀਰ ਸਿੰਘ ਦੀ ਹਾਂਜੀ ਬਿਲਕੁਲ ਭਾਈ ਵੀਰ ਸਿੰਘ ਬਾਅਦ ਦੇ ਵਿੱਚ ਫਿਰ ਇੱਕ ਮੁਕਾਬਲਾ ਲੋਕ ਅਲੱਗ ਪਏ ਕਰਨ ਵੀ ਸ਼ਿਵ ਕੁਮਾਰ ਵਧੀਆ ਪੋਇਟ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਹੈ ਕਿ ਅੰਮ੍ਰਿਤਾ ਪ੍ਰੀਤਮ ਹੈ ਹਾਂਜੀ ਇਹਦੇ ਵਾਸਤੇ ਇੱਕ ਬੜਾ ਸੋਹਣਾ ਐਨਾਲਿਸਿਸ ਕੀਤਾ ਇੱਕ ਰਾਈਟਰ ਨੇ ਇੱਕ ਆਲੋਚਕ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਸ਼ਿਵ ਕੁਮਾਰ ਬਟਾਲਵੀ ਸੀ ਨਾ ਉਹ ਬਿਰਹਾ ਦਾ ਸੁਲਤਾਨ ਸੀ ਔਰ ਜਿਹੜਾ
ਪ੍ਰੋਫੈਸਰ ਮੋਹਨ ਸਿੰਘ ਜੀ ਉਹ ਵਰਸੇਟਾਈਲ ਪੋਇਟ ਸੀ ਬਿਲਕੁਲ ਉਹਦੇ ਵਿੱਚ ਬੜੀਆ ਮਤਲਬ ਡਿਫਰੈਂਟ ਪਹਿਲੂਆਂ ਦੇ ਉੱਤੇ ਉਹਨਾਂ ਨੇ ਸ਼ਾਇਰੀ ਦੱਸ ਦੇ ਰੀਜ਼ਨ ਉਹਨਾਂ ਦੀ ਜਿਹੜੀ ਇੱਕ ਹੋਰ ਰਚਨਾ ਕਲਾਸਿਕ ਰਚਨਾ ਸੀ ਉਹ ਸੀ ਨਾਨਕਾਇਣ ਜਿਹਦੇ ਵਿੱਚ ਉਹਨਾਂ ਨੂੰ ਸਾਹਿਤ ਅਕੈਡਮੀ ਦਾ ਅਵਾਰਡ ਵੀ ਮਿਲਿਆ ਸੀ ਥੋੜ੍ਹੀ ਜਿਹੀ ਬ੍ਰੇਕ ਆ ਗਈ ਆਪਣੀ ਅਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਗੱਲਾਂ ਕਰਦੇ ਹਾਂ ਦੋਸਤੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਅਵਤਾਰ ਸਿੰਘ ਡੋਹਲ ਹੋਰਾਂ ਦੇ ਨਾਲ ਔਰ ਜਸਵਿੰਦਰ ਮਾਨ ਹੋਰਾਂ ਦੇ ਨਾਲ ਔਰ ਜਸਵਿੰਦਰ ਮਾਨ ਹੋਰਾਂ ਨਾਲ ਗੱਲਬਾਤ ਚਾਹੀਦੀ ਦੋਸਤੋ ਵੈਲਕਮ ਬੈਕ ਸਾਥੀ ਕੇ ਸੰਗ ਸੰਗ ਇਜ਼ ਦਾ ਨੇਮ ਆਫ ਦਾ ਪ੍ਰੋਗਰਾਮ ਤੁਹਾਡੀ ਜਿਹੜੀ ਫੀਡਬੈਕ ਹੈ ਮੈਨੂੰ ਉਹਦੀ ਹਮੇਸ਼ਾ ਉਡੀਕ ਰਹਿੰਦੀ ਹੈ ਔਰ ਸਾਡੇ ਸਕਰੀਨ ਦੇ ਉੱਤੇ ਮੇਰੀ ਈਮੇਲ ਆਈ ਡੀ ਆ ਰਹੀ ਹੈ ਉੱਥੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਅਤੇ ਆਪਣੇ ਵਿਚਾਰ ਦੇ ਸਕਦੇ ਹੋ ਕਿ ਤੁਹਾਨੂੰ ਇਹ ਪ੍ਰੋਗਰਾਮ ਅਤੇ ਮੇਰੇ ਜਿਹੜੇ ਪੁਰਾਣੇ ਪ੍ਰੋਗਰਾਮ ਨੇ ਉਹ ਤੁਹਾਨੂੰ ਕਿਹੋ ਜਿਹਾ ਲੱਗੇ ਨੇ ਅਸੀਂ ਤਾਂ ਜੋ ਅਸੀਂ ਇਹਦੇ ਵਿੱਚ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਸੁਧਾਰ ਲਿਆ ਸਕੀਏ ਦੋਸਤੋ ਅੱਜ ਸਾਡੇ ਕੋਲ ਦੋ ਮਹਿਮਾਨ ਹਨ ਡਰਬੀ ਤੋਂ ਆਏ ਹਨ ਅਵਤਾਰ ਸਿੰਘ ਡੋਹਲ ਜਿਹੜੇ ਕਲਾਸੀਕਲ ਮਿਊਜ਼ਿਕ ਗਾਉਂਦੇ ਨੇ ਕਲਾਸੀਕਲ ਮਿਊਜ਼ਿਕ ਦੀ ਸੂਝ ਰੱਖਦੇ ਨੇ ਔਰ ਦੂਸਰੇ ਸਾਡੇ ਮਹਿਮਾਨ ਨੇ ਜਸਵਿੰਦਰ ਸਿੰਘ ਮਾਨ ਔਰ ਜਸਵਿੰਦਰ ਸਿੰਘ ਮਾਨ ਬਹੁਤ ਸੋਹਣੀ ਗਜ਼ਲ ਲਿਖਦੇ ਜਿਹੜੀ ਤੁਹਾਡੀ ਝਲਕੀ ਅਸੀਂ ਹੁਣੇ ਦਿਖਾਵਾਂਗੇ ਇਹਦੇ ਨਾਲ ਕਵਿਤਾਵਾਂ ਵੀ ਲਿਖਦੇ ਨੇ ਬਹੁਤ ਯੰਗ ਨੇ ਬਹੁਤ ਆਸ਼ਾਵਾਂ ਹਨ ਸਾਨੂੰ ਇਹਨਾਂ ਕੋਲੋਂ ਔਰ ਇਹਨਾਂ ਦੋਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਜਸਵਿੰਦਰ ਜੀ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਸੀ ਤੁਹਾਡੀ ਆ ਕਿਤਾਬ ਹੈ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਦਿੱਤੀ ਹੈ ਕਿਤਾਬ ਦਾ ਨਾਂ ਹੈ ਸ਼ੀਸ਼ਾ ਅਸੀਂ ਕੈਮਰੇ ਨੂੰ ਵੀ ਦਿਖਾ ਦਿੰਦੇ ਹਾਂ ਅਤੇ ਇਹ ਸ਼ੀਸ਼ਾ ਦੀ ਕਿਤਾਬ ਇਹ ਤੋਂ ਪਹਿਲਾਂ ਵੀ ਤੁਹਾਡੀਆਂ ਦੋ ਪੱਤਰ ਮਜਮੂਏ ਛਪ ਚੁੱਕੇ ਨੇ 1997 ਦੇ ਵਿੱਚ ਤੁਪਕਾ ਸਾਗਰ ਅਤੇ ਫਿਰ 2004 ਦੇ ਵਿੱਚ ਰੁੱਖ ਦੇ ਰਸਤੇ ਅਤੇ ਹੁਣ ਤੁਹਾਡੀ ਆਹ ਕਿਤਾਬ ਆਈ ਔਰ ਤੁਸੀਂ ਨਜ਼ਮਾਂ ਲਿਖਦੇ ਹੋ ਤੁਸੀਂ ਗਜ਼ਲ ਲਿਖਦੇ ਹੋ ਤੁਸੀਂ ਪਹਿਲਾਂ ਇੱਕ ਨਜ਼ਮ ਸੁਣਾਓ ਫਿਰ ਮੈਂ ਤੁਹਾਨੂੰ ਅਗਲਾ ਸਵਾਲ ਪੁੱਛਦਾ ਠੀਕ ਇਹ ਮੈਂ ਸਤੀ ਉਹ ਨਵੀਂ ਕਿਤਾਬ ਦੇ ਵਿੱਚੋਂ ਇੱਕ ਨਜ਼ਮ ਸੁਣਾਉਣਾ ਇਹਦਾ ਇਹ ਹੈ ਕਿ ਕੱਚੀ ਮਿੱਟੀ ਦਾ ਘੜਾ ਕੱਚੀ ਮਿੱਟੀ ਦਾ ਘੜਾ ਕੱਚੀ ਮਿੱਟੀ ਦਾ ਘੜਾ ਕਿ ਤੇਰੇ ਸਰਾਣੇ ਰੱਖ ਚੱਲਾਂ ਕੱਚੀ ਮਿੱਟੀ ਦਾ ਘੜਾ ਤੇਰੇ ਸਰਾਣੇ ਰੱਖ ਚੱਲਾਂ ਕੱਚੀ ਮਿੱਟੀ ਦਾ ਘੜਾ ਚੱਲਾਂ ਮੈਂ ਨਦੀ ਤੋਂ ਉਸ ਪਾਰ ਚੱਲਾਂ ਮੈਂ ਨਦੀ ਤੋਂ ਉਸ ਪਾਰ ਜਿਸ ਪਾਰ ਛੋਣਾ ਹੈ ਮੈਂ ਪੱਥਰ ਦਾ ਪਿੰਡਾ ਵਾਹ ਵਾਹ ਤੇਰੇ ਸਰਾਣੇ ਰੱਖ ਚੱਲਾਂ ਕੱਚੀ ਮਿੱਟੀ ਦਾ ਘੜਾ ਚੱਲਾਂ ਮੈਂ ਨਦੀ ਤੋਂ ਉਸ ਪਾਰ ਜਿਸ ਪਾਰ ਛੋਣਾ ਹੈ ਮੈਂ ਪੱਥਰ ਦਾ ਪਿੰਡਾ ਧਰਨੀ ਹੈ ਤਲੀ ਤੇ ਅੱਗ ਵਗਦਾ ਵੇਖਣਾ ਹੈ ਇੱਕ ਵਾਰੀ ਸੁੱਕੀ ਨਦੀ ਵਿੱਚ ਪਾਣੀ ਮੇਰਾ ਦਿਨ ਤੇਰਾ ਦਿਨ ਮੇਰੀ ਰਾਤ ਤੇਰੀ ਰਾਤ ਮੇਰਾ ਸਫ਼ਰ ਤੇਰਾ ਸਫ਼ਰ ਅੰਨਿਆਂ ਰਾਹਾਂ ਵੱਲ ਜਾਂਦਿਆਂ ਮੈਂ ਮੁੜਨਾ ਹੈ ਇੱਕ ਦਿਨ ਅੰਨਿਆਂ ਰਾਹਾਂ ਵੱਲ ਜਾਂਦਿਆਂ ਮੈਂ ਮੁੜਨਾ ਹੈ ਇੱਕ ਦਿਨ ਨਦੀ ਦੇ ਇਸ ਪਾਰ ਵੀ ਆਉਣਗੇ ਤੂਫਾਨ ਖੋਰ ਨਾ ਲਵੀਂ ਸਾਂਭ ਕੇ ਰੱਖੀ ਇਹ ਕੱਚੀ ਮਿੱਟੀ ਦਾ ਘੜਾ ਬਹੁਤ ਔਰ ਤੁਸੀਂ ਗਜ਼ਲ ਦੀ ਜਿਹੜੀ ਸਿਨਫ ਹੈ ਉਹਨੂੰ ਬੜੀ ਸ਼ਿੱਦਤ ਨਾਲ ਤੁਸੀਂ ਅਪਣਾਇਆ ਬਿਲਕੁਲ ਗਜ਼ਲ ਕਿਉਂ ਇਹ ਸਾਥੀ ਜੀ ਪਤਾ ਨਹੀਂ ਇਹ ਕਿਉਂ ਅਤੇ ਕਦੋਂ ਇਹ ਮੇਰੇ ਨਾਲ ਤੁਰ ਪਈ ਅਤੇ ਮੈਨੂੰ ਬਹੁਤ ਬਾਅਦ ਦੇ ਵਿੱਚ ਪਤਾ ਲੱਗਾ ਕਿ ਮੈਂ ਗਜ਼ਲਾਂ ਲਿਖਣ ਲੱਗਾ ਅਤੇ ਮੈਂ ਨਜ਼ਮ ਵੀ ਨਾਲ ਨਾਲ ਲਿਖਦਾ ਰਿਹਾ ਨਜ਼ਮ ਦੇ ਨਾਲ ਮੈਂ ਪਿਛਲੇ 3-4 ਸਾਲ ਦੇ ਵਿੱਚੋਂ ਵਿੱਚ ਜੁੜਿਆ ਨਾ ਇਸ ਲਈ ਅਤੇ ਪਰ ਪਹਿਲਾਂ ਮੇਰਾ ਸਫ਼ਰ ਨਜ਼ਮ ਵੱਲ ਤੁਰਦਾ ਰਿਹਾ ਹੌਲੀ ਹੌਲੀ ਪਰ ਉਹ ਜਿਹੜੀ ਗਜ਼ਲ ਮੇਰੇ ਉਹ ਪਤਾ ਨਹੀਂ ਉਹ ਨਜ਼ਮਾਂ ਵਾਂਗੂ ਤੁਰਦੀ ਰਹੀ ਅਤੇ ਕਿਉਂਕਿ ਜਿਹੜੀ ਕਵਿਤਾ ਆ ਹਾਂ ਔਰ ਜਿਹੜੀ ਗਜ਼ਲ ਹੈ ਦੋ ਵੱਖੋ ਵੱਖਰੀਆਂ ਸਿਨਫਾਂ ਬਿਲਕੁਲ ਔਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਚੰਗੀ ਜਾਂ ਕੋਈ ਮਾੜੀ ਉਹ ਸਿੰਪਲੀ ਨਾ ਤੁਹਾਡੇ ਮਨ ਦੀ ਜਿਹੜੀ ਸਥਿਤੀ ਹੁੰਦੀ ਹੈ ਨਾ ਤੁਸੀਂ ਇਹ ਪਹਿਲਾਂ ਸੋਚਦੇ ਆ ਵੀ ਇਹਨੂੰ ਮੈਂ ਕਿਵੇਂ ਐਕਸਪ੍ਰੈਸ ਕਰ ਸਕਦਾ ਬਹੁਤ ਸਾਰੇ ਲੋਕ ਕਈ ਵਾਰੀ ਕਹਿ ਦਿੰਦੇ ਆ ਕਿ ਬੰਧਨ ਦੇ ਵਿੱਚ ਕਵਿਤਾ ਲਿਖਣ ਦੀ ਲੋੜ ਨਹੀਂ ਕਿਉਂਕਿ
ਤੁਹਾਡੇ ਖਿਆਲ ਆ ਨਾ ਉਹਨਾਂ ਤੇ ਇੱਕ ਰੋਕ ਪੈਂਦੀ ਹੈ ਸਾਥੀ ਜੀ। ਨਜ਼ਮ ਦੇ ਵਿੱਚ ਵੀ ਬੰਧਨ ਹੁੰਦੇ ਨੇ ਹਨਾ। ਨਜ਼ਮ ਦਾ ਮਤਲਬ ਇਹ ਨਹੀਂ ਕਿ ਤੁਸੀਂ ਨਜ਼ਮ ਲਿਖਣ ਲੱਗ ਪਏ ਤੇ ਉਸਨੂੰ ਜੋ ਕੁਛ ਤੁਹਾਡੇ ਮੰਚਾਂ ਦਾ ਉਹ ਲਿਖੀ ਜਾਵੋ ਅਵਗਣ ਲਿਖੀ ਜਾਵੋ, ਇਸ ਤਰ੍ਹਾਂ ਨਹੀਂ ਹੋ ਸਕਦਾ। ਕਿਉਂਕਿ ਮੈਂ ਤੁਹਾਡੇ ਵਿੱਚ ਬਹੁਤ ਵਧੀਆ ਰਿਦਮ ਹੁੰਦੀ ਆ ਹਨਾ, ਉਹਦੇ ਰਿਦਮ ਚੱਲਦੀ ਕਿਉਂਕਿ ਮੈਂ ਤੁਹਾਡੇ ਲਫ਼ਜ਼ ਪੜ੍ਹੇ ਸੀ। ਤੁਸੀਂ ਜਦ ਮੈਂ ਕਿਹਾ ਨਾ ਕਿਹੜੇ ਕਿਹੜੇ ਕਵੀ ਪਸੰਦ ਆ, ਤਾਂ ਤੁਸੀਂ ਪੂਰਨ ਸਿੰਘ ਦਾ ਨਾਮ ਲਿਆ ਸੀ। ਪੂਰਨ ਸਿੰਘ ਦੀ ਜਿਹੜੀ ਖੁੱਲੀ ਕਵਿਤਾ ਹੈ ਉਹ ਪਹਾੜੋਂ ਵਹਿੰਦੇ ਪਾਣੀ ਵਰਗੀ ਹੈ, ਮਤਲਬ ਡਿੱਗਦੀ ਹੈ, ਉਹ 'ਚ ਬਹਾਓ ਹੈ, ਲਗਾਤਾਰ ਬਹਾਓ ਆ। ਉਹਦੇ ਵਿੱਚ ਤੁਸੀਂ ਤਾਂ ਗਾਇਕ ਹੋ ਔਰ ਉਹਦੇ ਵਿੱਚ ਇੱਕ ਸੁਰ ਹੈ, ਬਿਲਕੁਲ ਉਹਦੇ ਵਿੱਚ ਇੱਕ ਸੰਗੀਤ ਹੈ ਉਸ ਚੀਜ਼ ਦੇ ਵਿੱਚ। ਸੋ ਕਵਿਤਾ ਵਿੱਚ ਵੀ ਸੰਗੀਤ ਹੋ ਸਕਦਾ। ਮੇਰਾ ਭਾਵ ਇਹ ਸੀਗਾ ਕਹਿਣ ਦਾ ਕਿ ਜਿਹੜੀ ਗਜ਼ਲ ਹੈ ਇਹਦੇ ਵਿੱਚ ਗੁੰਜਾਇਸ਼ ਨਹੀਂ ਕਿ ਤੁਸੀਂ ਇੱਕ ਲਗ ਮਾਤਰ ਵੀ ਇੱਧਰ ਉੱਧਰ ਕਰ ਸਕੋ। ਹਾਂ ਬਿਲਕੁਲ, ਇਹ ਗਜ਼ਲ ਦੇ ਵਿੱਚ ਵੀ ਤੁਹਾਨੂੰ ਧਿਆਨ ਰੱਖਣਾ ਪੈਂਦਾ, ਪਰ ਜੇ ਤੁਸੀਂ ਨਜ਼ਮ ਨੂੰ ਵੀ ਉਸ ਤਰ੍ਹਾਂ ਲਵੋ ਨਾ, ਨਜ਼ਮ ਦੇ ਵਿੱਚ ਵੀ ਤੁਸੀਂ ਲਫ਼ਜ਼ਾਂ ਨੂੰ ਤੁਹਾਨੂੰ ਬਹੁਤ ਕੁਝ ਕੱਟਣਾ ਪੈਂਦਾ, ਬਾਅਦ ਦੇ ਵਿੱਚ ਬਹੁਤ ਕੁਝ ਸਾਂਭਣਾ ਪੈਂਦਾ ਹਨਾ। ਉਸ ਦੇ ਵਿੱਚ ਤੁਸੀਂ ਆਵਾਗਾਨ ਨਹੀਂ ਕੁਛ ਵੀ ਕਰ ਸਕਦੇ, ਪਰ ਗਜ਼ਲ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ। ਪਰ ਜਿਹੜਾ ਮੇਰੇ ਮਨ ਦਾ ਪ੍ਰੋਸੈਸ ਚੱਲਦਾ ਰਿਹਾ, ਉਹ ਮੈਂ ਜਿਹੜੀ ਗਜ਼ਲ ਵੀ ਲਿਖਦਾ ਹੈ ਨਾ, ਉਹ ਬਹੁਤ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਸਤੀ ਜੀ ਕਿ ਜਿਹੜੀ ਗਜ਼ਲ ਵੀ ਮੇਰੀ ਲਿਖੀ ਜਾਂਦੀ ਹੈ ਨਾ, ਉਹ ਇੱਕੋ ਬੈਠਕ ਦੇ ਵਿੱਚ ਮੈਂ ਕਿਤੇ ਤੁਰਿਆ ਜਾਂਦਾ, ਮੈਂ ਕਿਤੇ ਕੰਮ ਕਰ ਰਿਹਾ, ਮੈਂ ਕੁਛ ਕਰ ਰਿਹਾ, ਤੇ ਉਹ ਲਗਾਤਾਰ ਜਦੋਂ ਮਨ ਦਾ ਜਿਸ ਨੂੰ ਉਹ ਅਲਾਹਮ ਕਹਿੰਦੇ ਹਨਾ, ਤੇ ਮੈਂ ਕਹਿੰਦਾ ਵੀ ਉਹ ਤੁਹਾਡੇ ਮਨ ਦਾ ਜਿਹੜੀ ਆ ਸਥਿਤੀ ਆ ਹਨਾ, ਮਨ ਦੀ ਸਤਰ ਜਿਹੜੀ ਹੁੰਦੀ ਆ, ਉਹ ਮਨ ਦਾ ਲੈਵਲ ਆ ਹਨਾ, ਉੱਥੇ ਚੱਲ ਜਾਂਦਾ ਤੇ ਫਿਰ ਤੁਸੀਂ ਹੌਲੀ ਹੌਲੀ ਚੱਲਦੇ। ਸਿਰਫ ਫਰਕ ਇਹ ਹੁੰਦਾ ਕਿ ਜਿਹੜੀ ਕਵਿਤਾ ਹੈ ਨਾ, ਕਵਿਤਾ ਨੂੰ ਤੁਸੀਂ ਇੱਕ ਵਾਰ ਤੁਸੀਂ ਆਪਣੇ ਮਨ ਦੇ ਵਿੱਚ ਚਿਤਵ ਲਿਆ ਨਾ ਵੀ ਮੈਂ ਆਹ ਕਹਿਣਾ ਚਾਹੁੰਦਾ, ਉਹ ਫਿਰ ਤੁਸੀਂ ਅੰਦਰ ਪੱਕਦੀ ਰਹਿੰਦੀ ਤੁਹਾਡੀ। ਜਿਹੜੀ ਗਜ਼ਲ ਹੁੰਦੀ ਹੈ ਇਹਦੀ ਖੂਬੀ ਇਹ ਹੁੰਦੀ ਹੈ, ਖੂਬੀ ਤੋਂ ਮੇਰਾ ਭਾਵ ਆ ਲਿਖਣੀ ਇਸ ਲਈ ਇਹ ਡਿਫਰੈਂਟ ਹੈ ਕਿ ਤੁਸੀਂ ਇੱਕ ਸ਼ੇਰ ਸੁਣ ਲਿਆ, ਫਿਰ ਤੁਸੀਂ ਅਗਲਾ ਸ਼ੇਰ ਸੋਚ ਰਹੇ ਹੋ, ਫਿਰ ਤੁਸੀਂ ਉਹਨੂੰ ਪੁਕਾ ਰਹੇ ਹੋ, ਫਿਰ ਦੂਜਾ ਕਰ ਰਹੇ ਹੋ। ਸੋ ਇਟ ਕੈਨ ਟੇਕ ਲੋਂਗਰ ਦੈਨ ਦ ਕਵਿਤਾ ਹਨਾ, ਉਹਨੂੰ ਕਿੰਨਾ ਚਿਰ ਤੁਸੀਂ ਕਰ ਸਕਦੇ। ਕਈ ਵਾਰੀ ਮੈਂ ਆਪਣੀ ਜਿਹੜੀਆਂ ਗਜ਼ਲਾਂ ਹੈਗੀਆਂ ਮੈਂ ਉਹਨੂੰ ਪਤਾ ਨਹੀਂ ਕਰੇ, ਜਿਹੜੀਆਂ 30 ਸਾਲ ਪੁਰਾਣੀਆਂ ਵੀ ਉਹਨੂੰ ਮੈਂ ਪਤਾ ਨਹੀਂ ਮੈਂ ਕਿੰਨੀ ਵਾਰ ਉਹਨੂੰ ਠੀਕ ਕੀਤਾ। ਇਹ ਪ੍ਰੋਸੈਸ ਚੱਲ ਜਾਂਦਾ। ਜਿਹੜੀ ਗਜ਼ਲ ਹੈ ਇਹਦੇ ਵਿੱਚ ਖਿਆਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੁਸੀਂ ਜਿਹੜੀ ਗੱਲ ਕਹਾਣੀ ਉਹ ਮੁਕੰਮਲ ਹੁੰਦੇ ਆ, ਔਰ ਗਜ਼ਲ ਦੇ ਵਿੱਚ ਹਰ ਸ਼ੇਅਰ ਆਪਣੇ ਆਪ ਚ ਮੁਕੰਮਲ ਹੈ। ਮੈਂ ਤੁਹਾਨੂੰ ਉੱਥੇ ਬੈਠਿਆ ਗੱਲ ਸੁਣਾਈ ਸੀ ਨਾ ਕਿ ਮੇਰਾ ਤਾਂ ਨਹੀਂ, ਤੇਰੀ ਇੱਜ਼ਤ ਦਾ ਪਾਸ ਹੈ, ਮਹਿਫਲ ਚ ਮੁਸਕਰਾਉਣ ਦੀ ਕੋਸ਼ਿਸ਼ ਕਰਾਂਗਾ ਮੈਂ, ਇਹ ਆਪਣੇ ਆਪ ਦੇ ਵਿੱਚ ਮੁਕੰਮਲ ਹੈ। ਬਾਕੀ ਚਲੋ ਇਹ ਆਪਣੀ ਤੁਸੀਂ ਗਜ਼ਲ ਸੁਣਾਓ। ਠੀਕ ਆ ਜੀ, ਸਤੀ ਇਹ ਹੈਗੀ ਜਿਹੜੀ ਮੇਰੀ ਨਵੀਂ ਕਿਤਾਬ ਹੈ ਸ਼ੀਸ਼ਾ ਜੀ, ਇਹ ਮੈਂ ਇਸ ਗਜ਼ਲ 'ਤੇ ਬੇਸ ਕਰਕੇ ਇਹਦਾ ਨਾਂ ਰੱਖਿਆ ਅਤੇ ਨਾਂ ਰੱਖਿਆ ਗਿਆ ਹੈ ਨਾ ਜੀ, ਇਹ ਸੂਖਮ ਨਾ ਤਰਨਮ ਦੇ ਵਿੱਚ, ਮੈਂ ਉੱਦਾਂ ਕਰ ਦਿੰਦਾ ਬਾਅਦ ਵਿੱਚ ਤਰਨਮ 'ਚ, ਠੀਕ ਹੈ। ਮੇਰੇ ਚਿਹਰੇ ਤੋਂ ਮੈਨੂੰ ਮਿਟਾਇਆ ਗਿਆ, ਮੇਰੇ ਚਿਹਰੇ ਤੋਂ ਮੈਨੂੰ ਮਿਟਾਇਆ ਗਿਆ, ਮੈਨੂੰ ਲੀਕਾਂ ਦੇ ਅੰਦਰ ਟਿਕਾਇਆ ਗਿਆ। ਮੇਰੇ ਚਿਹਰੇ ਤੋਂ ਮੈਨੂੰ, ਮਾਡਰਨ ਮਨੁੱਖ ਦੀ ਗੱਲ ਹੈ ਨਾ, ਕਿ ਮੇਰੇ ਚਿਹਰੇ ਤੋਂ ਮੈਨੂੰ ਮਿਟਾਇਆ ਗਿਆ, ਮੈਨੂੰ ਲੀਕਾਂ ਦੇ ਅੰਦਰ ਟਿਕਾਇਆ ਗਿਆ, ਕਿ ਤੁਰਿਆ ਜਾਂਦਾ ਸਾਂ ਮੈਂ ਪੱਥਰਾਂ 'ਤੇ ਕਿਤੇ, ਤੁਰਿਆ ਜਾਂਦਾ ਸਾਂ ਮੈਂ ਪੱਥਰਾਂ 'ਤੇ ਕਿਤੇ, ਮੇਰੇ ਪੈਰਾਂ 'ਚ ਸ਼ੀਸ਼ਾ ਵਛਾਇਆ ਗਿਆ, ਮੇਰੇ ਚਿਹਰੇ ਤੋਂ ਮੈਨੂੰ ਮਿਟਾਇਆ ਗਿਆ। ਤੁਰਿਆ ਜਾਂਦਾ ਸਾਂ ਮੈਂ ਪੱਥਰਾਂ 'ਤੇ ਕਿਤੇ, ਮੇਰੇ ਪੈਰਾਂ 'ਚ ਸ਼ੀਸ਼ਾ ਵਛਾਇਆ ਗਿਆ, ਮੈਨੂੰ ਮੇਰੇ ਹੀ ਪਾਣੀ 'ਚ ਤਾਰਨ ਤੁਰੇ, ਮੈਨੂੰ ਮੇਰੇ ਹੀ ਪਾਣੀ 'ਚ ਤਾਰਨ ਤੁਰੇ, ਮੇਰੀ ਮਿੱਟੀ ਦਾ ਦੀਵਾ ਬਣਾਇਆ ਗਿਆ, ਮੈਨੂੰ ਲੀਕਾਂ ਦੇ ਅੰਦਰ ਟਿਕਾਇਆ ਗਿਆ, ਕਿ ਡਰਨਾ ਜਾਵਾਂ ਕਿਤੇ ਆਪਣੇ ਆਪੇ ਤੋਂ ਮੈਂ, ਡਰਨਾ ਜਾਵਾਂ ਕਿਤੇ ਆਪਣੇ ਆਪੇ ਤੋਂ ਮੈਂ, ਮੈਨੂੰ ਪਹੁੰਚਣ ਤੋਂ ਪਹਿਲਾਂ ਸਜਾਇਆ ਗਿਆ, ਮੇਰੇ ਚਿਹਰੇ ਤੋਂ ਮੈਨੂੰ
मिटाया गया। इसका अर्थ यह कि अपने नक्शा नू एथों मैं पढ़ना लवा, अपने नक्शा नू एथों मैं पढ़ना लवा, वाह के रेते ते फिर मैनू टाया गया, मेरे चेहरे तो मैनू मिटाया गया, मैनू लीकां दे अंदर टिकाया गया। डॉल साहब बाद दे विच तुहानू चार पांच मिनट आपां देवांगे जिहदे विच तुसीं मतलब अच्छी तरह, क्योंकि जो क्लासीकल जिहड़ा संगीत आ वो जिहड़े आम लोग आ कहिंदे हुंदे आ वह कहिंदे हैगे जी कि जी इस तां इही उड़ीकदे रहे भी कदों कदों तर्स पड़दी है कदों पड़दी है, ते ओह हालात नूं समझदे नहीं। ते तुसीं थोड़ा जिहा अपनी झलकी दिओ कि अपने किहड़े राग विच तुसीं इक चीज़ सुणाओ। मैं कोशिश करना कि भीम प्लासी है जी दे विच थोड़ा जिहा अच्छा ga 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 ma pa pa ga
गामा बगर दर नीदा गामा बगामा ब नीदा ब मबने ने 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 दा ब मबने जाने दा ब गामा पगर जानी जा नीदा गामा बगामा बगामा ब ने 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 दा दा ब मबने ने ने सा ने जा गा रे रे सा रे ने 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 द ब द द ब म ब ग ग ग म ब ने 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 द ब ग म ब ने जा ने द ब द म ब ग ग ग म ग रे रे सा ने जा ग ग म म ब ओके जी बहुत बहुत शुक्रिया वाह बहुत बहुत ब्यूटीफुल ब्रेक आ गई है दोस्तों तुसी अज सुन रहे हो अवतार सिंह डोल होरां नूं और जसविंदर सिंह मान होरां नूं छोटी जी ब्रेक उस तो बाद आपां फिर मिलते हैं इन्हां नाल दोस्तों वेलकम बैक साडे नाल दो मेहमान ने डरबी तो आए ने जसविंदर सिंह मान हु इज़ ए पोइट एंड अवतार सिंह डोल हु इज़ ए क्लासिकल सिंगर और तुसी इन्हां दे कोलों जिहड़ा पहला क्लासिकल एक वनगी तुसी सुनी है मैं तो बहुत प्रभावित किया मैं उम्मीद है तुहानू भी बहुत वो आइटम चंगी लगी होएगी किहड़े सी जी राग किहड़ा सी पिंपला सी जी पिंपला सी हाँ जी ओके जसविंदर तुहाडे कोलों तुसी अपनी को मन च जिहड़ी तुहाडी तुहाडी अपनी मन चाही गज़ल है ना उहनू तरन्नुम विच सुनाओ हाँ ठीक है साथी जी मैं एक थानू उदन सुना ना है ना वो तो नाल फिर एक थानू मैं तरन सुना दूँ जे तुसी है ना ये है कि बंदा वक्त दे नाल गल कर रहा है ना वक्त नू कह रहा कि तू मेरी जीभ कट दित्ती तेरे नाल बोलना सी मैं तू मेरी जीभ कट दित्ती तेरे नाल बोलना सी मैं आ गंडा मंच जो मेरे इन्हां नू खोलना सी मैं मेरी जीभ कट दित्ती कि फड़ के साज है अपने मैं चुल्ले कोल बैठा सा फड़ के साज है अपने मैं चुल्ले कोल बैठा सा बुझी जांदी अग जेड़ी उसे नू बालना सी मैं मेरी जीभ कट दित्ती मेरे वेड़े च जो बनिया दीवारा तो दीवारा तक मेरे वेड़े च जो बनिया दीवारा तो दीवारा तक उम्र सारी उना रस्सियां दे उत्ते डोलना सी मैं तू मेरी जीभ कट दित्ती तू आया ते तू उठ तुरिया तू आया ते तू उठ तुरिया ठहरदा तू जरा रुकदा तू आया ते तू उठ तुरिया ठहरदा तू जरा रुकदा अजे ता फैलना सी मैं अजे ता मौलना सी मैं तू मेरी जीव कट दित्ती तेरे नाल बोलना सी मैं आ गंडा मंच जो मेरे इन्हां ने खोलना सी मैं बहुत बहुत ते सती जी एक थोड़े थोड़े हुक्म ते मैं तरनुम च अरशद ना अरशद लेयर्स शातों तुपने की मंगया है वाह जी वाह शातों तुपने की मंगया है तेरी चुपने की मंगया तेरे डिगदे पत्तियां तो तेरे डिगदे पत्तियां तो मेरे रुख ने की मंगया शांतों तुपने की मंगया है ये बाज पई तरती दे पेटों
बांझ पई धरती दे पेटों तेरी कुख ने शांतों तुप ने की मंगया है कि फुटदी ऐस करूंबल कोलों फुटदी ऐस करूंबल कोलों जांदी रुत ने शांतों तुप ने की मंगया है। सच जी आखरी एदा कि उमरा पिछों बुल हिले ने उमरा पिछों बुल हिले ने मेथों बुत ने की मंगया बाबा जींदे वाह जी बाबा शांतों तुप ने की मंगया है तेरी चुप ने की मंगया बहुत 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 थैंक यू डोल साहब तुसी बड़े वधिया वधिया लोकां दी संगत माणी है थैंक यू सलामत अली नज़ाकत अली साहब मवाती घराना होया जी अपने पंजाब दे विच हुण चले गया हैगा। अच्छा मैं तुहानूं इह पुछणा चाहुंदा सॉरी क्योंकि साडे कोल टाइम दी कमी है हां जी कि इह जिहड़ा शाम चौरासी इह घराना है जां इह की है। शाम चौरासी वैसे हुण खान साहब सलामत खान साहब तो बाद घराना बन गया। वैसे ये घराना कोई नहीं सी ज्यादा पटियाला घराना नूं इह हाँ जी तलक रखते हैं। स्कूल ऑफ म्यूजिक हाँ म्यूजिक हाँ जी इन्हों का आपो अपना एक ढंग हुंदा गाण दा क्योंकि मैं पुछना चाहुंदा क्योंकि पटियाला घराना है ना जी इन्हां दी गायकी का एक अपना अंदाज हुंदा है जी। तो सलामत खान साहब ने अपनी गायकी का एक अंदाज होर बनाया जिहड़े बड़े गुलाम खान साहब सीगे उन्हां दे पटियाला घराना दे सीगे खान साहब अली बख्श खान साहब दे शागिर्द उन्हां दे फरजंद भी सके ते ओ जिदा मैं पहला गया बड़ी वड्डी तपस्या है। हां जी हां जी ये तपस्या है छोटी मोटी चीज हां जी हां जी ਤੁਹਾਡੇ ਨਾਲ ਤਾਂ ਗੱਲਾਂ ਬਹੁਤ ਵਿਸਥਾਰ ਚ ਹੋਣੀਆਂ ਚਾਹੀਦੀਆਂ ਤੁਹਾਡੇ ਕੋਲ ਸੁਣਨਾ ਚਾਹੀਦਾ ਕਿਸੇ ਹੋਰ ਮੌਕਾ ਬਣਿਆ ਸਾਡੀ ਖੁਸ਼ਕਿਸਮਤੀ ਹੋਏਗੀ ਤੁਹਾਨੂੰ ਸਟੂਡੀਓ ਚ ਲਈਏ ਤੁਹਾਡੇ ਕੋਲ ਸੁਣਨਾ ਮੌਕਾ ਸਾਥੀ ਜੀ ਤੁਸੀਂ ਬਣਾਉਣਾ ਕੋਈ ਵੀ ਬਣ ਜਾਏਗਾ ਸਾਡੇ ਸਾਡੀ ਜਿਹੜੀ ਚੈਨਲ ਹੈ ਬੜੀ ਪਪੂਲਰ ਚੈਨਲ ਹੈ ਬਿਲਕੁਲ ਔਰ ਇਹ ਹਮੇਸ਼ਾ ਹੀ ਹੱਲਾਸ਼ੇਰੀ ਦਿੰਦੇ ਹੈ ਕਿ ਜਿਹੜਾ ਸਾਹਿਤ ਔਰ ਕਲਚਰ ਔਰ ਸੰਗੀਤ ਹੈ ਇਹਨੂੰ ਅੱਗੇ ਵਧਾਇਆ ਜਾਵੇ ਚਾਹੇ ਕਿਸੇ ਜ਼ਬਾਨ ਦਾ ਹੋਵੇ ਮਿਊਜ਼ਿਕ ਔਰ ਪੋਇਟਰੀ ਦੀ ਕੋਈ ਜ਼ਬਾਨ ਨਹੀਂ ਹੁੰਦੀ ਅਤੇ ਜਸਵਿੰਦਰ ਤੁਹਾਡੀ ਇੱਕ ਹੋਰ ਇੱਕ ਗਜ਼ਲ ਸੁਣਾਓ ਤੁਹਾਡੀ ਗਜ਼ਲ ਜਿਹੜੀ ਹੈ ਸੁਣਨਾ ਚਾਹਣਗੇ ਸਾਡੇ ਜਿਹੜੇ ਵੀ ਇੱਕ ਸਾਥੀ ਸਾਹਿਬ ਤੁਹਾਡੇ ਕੋਲੋਂ ਵੀ ਸੁਣਨੀ ਅਸੀਂ ਉਹ ਮੈਂ ਤਾਂ ਤੁਹਾਡਾ ਟਾਈਮ ਹੈ ਵੈਸੇ ਮੈਂ ਦੋ ਚਾਰ ਸ਼ੇਅਰ ਤੁਹਾਨੂੰ ਅੱਛਾ ਜਿੰਨੇ ਚਿਰ ਲੱਭਦੇ ਨੇ ਮੈਂ ਤੁਹਾਨੂੰ ਦੋ ਚਾਰ ਚਲੋ ਸਾਰੇ ਨਹੀਂ ਸੁਣਾਵਾਂਗਾ ਕਿ ਗਜ਼ਲ ਹੈ ਮੈਨੂੰ ਵੀ ਗਜ਼ਲ ਲਿਖਣ ਦਾ ਸ਼ੌਕ ਹੈ ਹਾਂਜੀ ਬਿਲਕੁਲ ਕਿ ਚਮਕ ਰਹੇ ਸਹਿਰਾ ਕਦੇ ਦਰਿਆ ਨਹੀਂ ਹੁੰਦੇ ਚਮਕ ਰਹੇ ਸਹਿਰਾ ਕਦੇ ਦਰਿਆ ਨਹੀਂ ਹੁੰਦੇ ਕਿ ਅੰਦਰ ਲੋਕੀ ਕਿਆ ਤੇ ਬਾਹਰੋਂ ਕਿਆ ਨਹੀਂ ਬਾਬਾ ਕਿਆ ਬਾਤ ਕਿ ਚਮਕ ਰਹੇ ਸਹਿਰਾ ਕਦੇ ਦਰਿਆ ਨਹੀਂ ਹੁੰਦੇ ਕਿ ਅੰਦਰੋਂ ਲੋਕੀ ਕਿਆ ਤੇ ਬਾਹਰੋਂ ਕਿਆ ਨਹੀਂ ਹੁੰਦੇ ਕਿ ਖਬਰੇ ਪਤਝੜ ਕਿਹੜੇ ਮੋੜ ਤੇ ਮਿਲ ਜਾਣੀ ਹੈ ਖਬਰੇ ਪਤਝੜ ਕਿਹੜੇ ਮੋੜ ਤੇ ਮਿਲ ਜਾਣੀ ਹੈ ਗੁਲਜ਼ਾਰਾਂ ਦੇ ਮਹਿਕੇ ਪਲ ਸਦਾ ਨਹੀਂ ਹੁੰਦੇ ਗੁਲਜ਼ਾਰਾਂ ਦੇ ਮਹਿਕੇ ਪਲ ਸਦਾ ਨਹੀਂ ਹੁੰਦੇ ਕਿ ਅੰਬਰਾਂ ਤੀਕਰ ਸੇਕ ਇਹਨਾਂ ਦਾ ਪੁੱਜ ਜਾਂਦਾ ਹੈ
ਇਸ਼ਕ ਦੇ ਭਾਂਬੜ ਬਹੁਤੀ ਦੇਰ ਦਬਾ ਨਹੀਂ ਕੀ ਬਾਤ ਹੈ ਜੀ ਹੁੰਦੇ ਰਾਜੀ ਹਾਂ ਬਿਲਕੁਲ ਜਗ ਮੰਦਾ ਵੀ ਬਿਲਕੁਲ ਅੱਤੇ ਤੇ ਕਿ ਕਿੰਦ ਮੈਂ ਕਿਉਂਕਿ ਤੁਹਾਡੇ ਕੋਲੋਂ ਸੁਣਨਾ ਕਿ ਪਿਆਰਾਂ ਵਾਲੇ ਖਤ ਮੈਂ ਕਾਹਨੂੰ ਸਾਂਭ ਰਿਹਾ ਹਾਂ ਪਿਆਰਾਂ ਵਾਲੇ ਖਤ ਮੈਂ ਕਾਹਨੂੰ ਸਾਂਭ ਰਿਹਾ ਹਾਂ ਕਿਉਂ ਇਹ ਖਤ ਸੱਜਣਾ ਦੇ ਭਲਾ ਜਲਾ ਨਹੀਂ ਹੁੰਦੇ ਅੱਜ ਕੱਲ ਵੀ ਉਹ ਹੱਸ ਕੇ ਅਕਸਰ ਕਹਿ ਦਿੰਦੇ ਨੇ ਸਾਥੀ ਵਾਜੋ ਰਹਿੰਦੇ ਸਾਲ ਬਤਾ ਨਹੀਂ ਹੁੰਦੇ ਸਿਰਫ ਤੁਹਾਨੂੰ ਇਸ ਗੱਲ ਦੇ ਦੋ ਤਿੰਨ ਸ਼ੇਰ ਸੁਣਾ ਤੇ ਇਹ ਵੀ ਉਹ ਗੰਢਾਂ ਬਾਰੇ ਹੈ ਗੰਢਾਂ ਬੰਦੇ ਦੇ ਮਨ ਦੇ ਵਿੱਚ ਜਿਹੜੀਆਂ ਖੁੱਲਦੀਆਂ ਨੇ ਕਿ ਇਹ ਹੈ ਕਿ ਆਪਣਾ ਹੀ ਮਨ ਆਪਣਾ ਹੀ ਤਨ ਮੈਂ ਹੁਣ ਗੰਢਾਂ ਖੋਲ ਰਿਹਾ ਹਾਂ ਬਹੁਤ ਅੱਛਾ ਆਪਣਾ ਹੀ ਮਨ ਆਪਣਾ ਹੀ ਤਨ ਮੈਂ ਹੁਣ ਗੰਢਾਂ ਖੋਲ ਰਿਹਾ ਹਾਂ ਇੱਕ ਉਜਾੜ ਬਿਆਵਣ ਸਾਵੇਂ ਮੈਂ ਇੱਕ ਜੰਗਲ ਫੋਲ ਰਿਹਾ ਹਾਂ ਬਹੁਤ ਖੁਸ਼ ਇਹ ਚੁੱਪ ਖੜੀ ਹੈ ਸਾਵੇਂ ਮੇਰੇ ਚੁੱਪ ਖੜੀ ਹੈ ਸਾਵੇਂ ਮੇਰੇ ਤੇ ਆਵਾਜ਼ਾਂ ਦੀ ਖਾਮੋਸ਼ੀ ਚੁੱਪ ਖੜੀ ਹੈ ਸਾਵੇਂ ਮੇਰੇ ਤੇ ਆਵਾਜ਼ਾਂ ਦੀ ਖਾਮੋਸ਼ੀ ਮੈਂ ਦੋਵਾਂ ਦੇ ਲਾਗੇ ਬੈਠਾ ਮੈਂ ਦੋਹਾਂ ਸੰਗ ਬੋਲ ਰਿਹਾ ਹਾਂ ਆਪਣਾ ਹੀ ਮਨ ਆਪਣਾ ਹੀ ਤਨ ਇਹ ਹੁਣ ਤਾਂ ਇੱਥੇ ਪੈੜ ਵੀ ਮੇਰੀ ਪੈੜਾਂ ਥੱਲੇ ਦੱਬ ਚੁੱਕੀ ਹੈ ਹੁਣ ਤਾਂ ਇੱਥੇ ਪੈੜ ਵੀ ਮੇਰੀ ਪੈੜਾਂ ਥੱਲੇ ਦੱਬ ਚੁੱਕੀ ਹੈ ਐਵੇਂ ਰੇਤ ਫਰੂਲੀ ਜਾਵਾਂ ਮੈਂ ਇੱਥੋਂ ਕੀ ਟੋਲ ਰਿਹਾ ਹਾਂ ਇਸਦਾ ਇੱਕ ਹੋਰ ਸੁਣਾ ਦਿੰਦਾ ਕਿ ਵਾਟ ਲਮੇਰੀ ਪੈਰਾਂ ਸਾਵੇਂ ਪੰਧ ਉਮਰ ਦਾ ਬੜਾ ਡੂੰਘੇਰਾ ਵਾਟ ਲਮੇਰੀ ਪੈਰਾਂ ਸਾਵੇਂ ਪੰਧ ਉਮਰ ਦਾ ਬੜਾ ਡੂੰਘੇਰਾ ਲੋਕ ਤਮਾਸ਼ਾ ਵੇਖ ਰਹੇ ਨੇ ਮੈਂ ਰੱਸੀ ਤੇ ਡੋਲ ਰਿਹਾ ਹਾਂ ਆਪਣਾ ਹੀ ਮਨ ਕਿ ਵਾਟ ਲਮੇਰੀ ਵਾਟ ਲਮੇਰੀ ਪੈਰਾਂ ਸਾਵੇਂ ਪੰਧ ਉਮਰ ਦਾ ਬੜਾ ਡੂੰਘੇਰਾ ਲੋਕ ਤਮਾਸ਼ਾ ਵੇਖ ਰਹੇ ਨੇ ਮੈਂ ਰੱਸੀ ਤੇ ਡੋਲ ਰਿਹਾ ਹਾਂ ਆਪਣਾ ਹੀ ਮਨ ਆਪਣਾ ਹੀ ਤਨ ਮੈਂ ਹੁਣ ਗੰਢਾਂ ਖੋਲ ਰਿਹਾ ਹਾਂ ਇੱਕ ਉਜਾੜ ਬਿਆ ਵਣ ਸਾਵੇਂ ਮੈਂ ਇੱਕ ਜੰਗਲ ਫੋਲ ਰਿਹਾ ਬਹੁਤ ਤੁਸੀਂ ਮੈਂ ਤਾਂ ਦੁਆ ਕਰਦਾ ਕਿ ਤੁਹਾਡੇ ਵਰਗ ਜਿਹੜੇ ਯੰਗ ਇਸ ਦੇਸ਼ ਵਿੱਚ ਰਹਿੰਦੇ ਨੇ ਲੜਕੇ ਲੜਕੀਆਂ ਉਹ ਬਹੁਤ ਹੋਰ ਵੀ ਚੰਗਾ ਚੰਗਾ ਲਿਖਣ ਪੰਜਾਬੀ ਨੂੰ ਜਿਉਂਦਿਆਂ ਰੱਖਣ ਕਿਉਂਕਿ ਪੰਜਾਬੀ ਮੈਂ ਇਹ ਗੱਲ ਗਲਤ ਨਹੀਂ ਕਹਿ ਰਿਹਾ ਕਿ 2050 ਤੱਕ ਯੂਨੈਸਕੋ ਦੇ ਮੁਤਾਬਕ ਇਟ ਵਿਲ ਬੀ ਏ ਮਾਰਜਨਲਾਈਜ਼ਡ ਲੈਂਗੁਏਜ ਚਲੋ ਨਾ ਹੋਵੇ ਤਾਂ ਸਾਡੀ ਦੁਆ ਹੈਗੀ ਹੈ ਮਾਰਜਨਲਾਈਜ਼ਡ ਇਸ ਲਈ ਹੋ ਜਾਂਦੇ ਜੇ ਲੋਕ ਨਾ ਬੋਲਣਗੇ ਸਾਹਿਤ ਨਹੀਂ ਰਚ ਜਾਂਦਾ ਖਤਮ ਹੋ ਜਾਂਦੀ ਕਿਉਂਕਿ ਸਾਡੇ ਕੋਲ ਹੈਗੇ ਨੇ ਸਿਰਫ 2 ਮਿੰਟ ਅਤੇ ਉਹਦੇ ਵਿੱਚ ਤੁਸੀਂ ਸੁਣਾਓ ਜੀ ਕੁਛ ਸ਼ੁਰੂ ਹੋ ਜਾਓ ਮੈਨੂੰ ਪਤਾ ਧੱਕਾ ਆਇਆ ਠੀਕ ਹੈ ਜੀ 1 ਮਿੰਟ ਨਾ ਰੰਗ ਰਲੀਆਂ ਕਲੀਆਂ ਸੰਗ ਕਰਤ ਰੰਗ ਰਲੀਆਂ ਇਹ ਨਾਨਕ
प्रोग्राम मैं उम्मीद है कि तुम्हें चंगा लगा होगा। अगले हफ्ते आप फिर बनाएंगे डिफरेंट किस्म का प्रोग्राम होगा। अपना ख्याल रखना।